ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਇਹ ਦੇਖੋ ਜੀ ਸੋਲਰ ਵਾਟਰ ਪੰਪ 5 ਐਚਪੀ ਦਾ ਮੋਨੋਬਲਕ ਸੈੱਟ ਲਾਇਆ ਜੀ ਆਪਾਂ ਰੋਟੋਮੈਕ ਕੰਪਨੀ ਦਾ ਜੀ ਸਰਕਾਰੀ ਲੱਗਾ ਹੋਇਆ ਜੀ ਇਹ ਸੈੱਟ ਸਾਰਾ ਆਪਣਾ 15 ਪਲੇਟਾਂ ਇਹਦੇ ਵਿੱਚ 325 ਵਾਟ ਦੀ ਲੱਗੀਆਂ ਹੋਈਆਂ ਇਹ ਬੋਰ ਦਾ ਪਾਣੀ ਚੱਕ ਕੇ ਤੇ ਡਿੱਗੀ ਵਿੱਚ ਪਾ ਰਹੇ ਨੇ ਆਪਣੇ ਕਸਟਮਰ ਜਿਹੜੇ ਹੈਗੇ ਆ ਤੇ ਕਿੰਨੂ ਦਾ ਬਾਗ ਵੀ ਇਹਨਾਂ ਦਾ ਦੇਖੋ ਜੀ ਲੱਗਾ ਹੋਇਆ ਬੜਾ ਸੋਹਣਾ ਜੀ ਇਹਨਾਂ ਦਾ ਡ੍ਰਿਪ ਸਿਸਟਮ ਦਾ ਵੀ ਕੰਮ ਕੀਤਾ ਇਹ ਦੇਖੋ ਜੀ ਇਹ ਨਵੀਂ ਤਕਨੀਕ ਨਾਲ ਆ ਰਹੀ ਕਸਟਮਰ ਨੇ ਡਿੱਗੀ ਦਾ ਜਿਹੜਾ ਸਿਸਟਮ ਹੈ ਡਿੱਗੀ ਹਾਈਟ ਤੇ ਬਣਾਈ ਹੈ ਤੇ ਪਾਣੀ ਆਟੋਮੈਟਿਕ ਡਿੱਗੀ ਤੋਂ ਆਪਣੇ ਆਪ ਆ ਰਿਹਾ ਫਲੋ ਆ ਰਿਹਾ ਇਹਨਾਂ ਦੇ ਵਾਲ ਲਾਈ ਹੋਣੇ ਜਿਹੜੇ 12 ਇੰਚੀ ਪਾਈਪ ਲਾਈ ਹੋਈ ਹੈ ਇਹ ਵਾਲ ਨੇ ਜਿਹੜੇ ਆਪਣੇ ਇਹ ਬੰਦ ਉੱਤੇ ਇਹਨਾਂ ਨੇ ਲੱਗਾ ਹੋਇਆ ਆਪਣਾ ਇਹ ਨੱਟ ਲੱਗੇ ਹੋਏ ਨੱਟ ਕੱਸਣ ਨਾਲ ਇਹ ਵਾਲ ਬੰਦ ਹੁੰਦਾ ਹੈ ਆਟੋਮੈਟਿਕ ਇਹ ਦੇਖੋ ਸਾਡੇ ਸੰਜੇ ਸਾਹਿਬ ਜੀ ਆਪਣੇ ਵਾਲ ਬੰਦ ਕਰ ਰਹੇ ਨੇ ਆ ਦੇਖੋ ਜੀ ਹੌਲੀ ਹੌਲੀ ਬੰਦ ਹੁੰਦਾ ਤੇ ਪਾਣੀ ਆਟੋਮੈਟਿਕ ਇੱਕ ਵਾਲ ਦਾ ਬੰਦ ਹੋ ਜੇਗਾ ਇਹਨਾਂ ਨੇ ਦੋ ਪਾਈਪਾਂ ਲਾ ਰੱਖੀਆਂ ਤੇ ਜਿਹੜਾ ਇਹ ਡਿੱਗੀ ਦਾ ਪਾਣੀ ਹੈ ਇਹ ਸਿੱਧਾ ਬਿਨਾਂ ਕਿਸੇ ਸਿਸਟਮ ਤੋਂ ਪਾਣੀ ਆਪਣੇ ਆਪ ਡਿੱਗੀ ਤੋਂ ਆ ਰਿਹਾ ਨਾ ਇੰਜਨ ਦੀ ਲੋੜ ਨਾ ਮੋਟਰ ਦੀ ਲੋੜ ਇਹਨੂੰ ਆ ਦੇਖੋ ਜੀ ਪੂਰਾ ਪਾਣੀ ਬੰਦ ਹੋ ਗਿਆ ਜੀ ਆਪਣਾ ਇੱਕ ਵਾਲ ਦਾ ਚੱਲ ਰਿਹਾ ਇੱਕ ਦਾ ਬੰਦ ਹੋ ਗਿਆ ਆ ਦੇਖੋ ਜੀ ਖੋਲ ਰਿਹਾ ਦੁਬਾਰਾ ਹੁਣ ਖੋਲ ਰਿਹਾ ਹੌਲੀ ਹੌਲੀ ਕਰਕੇ ਖੁੱਲੇਗਾ ਥੋੜਾ ਟਾਈਮ ਲੈਂਦਾ ਪਰ ਬਹੁਤ ਸੋਹਣੀ ਚੀਜ਼ ਬਣਾਈ ਹੈ ਪਰਮਾਨੈਂਟ ਚੀਜ਼ ਉਹ ਦੇਖੋ ਸੋਲੋ ਲੱਗਾ ਹੋਇਆ ਨਾਲੇ ਡ੍ਰਿਪ ਲੱਗਾ ਹੋਇਆ ਨਾਲੇ ਬਾਗ ਲੱਗਾ ਹੋਇਆ ਤੇ ਕੋਈ ਪਲਾਸਟਿਕ ਵਾਲੀ ਡਿੱਕੀ ਬਣਾਈ ਹੈ ਜੀ ਇਹਨਾਂ ਨੇ ਹਾਈਟ ਤੇ ਬਣਾਈ ਹੈ ਤਾਂ ਜੋ ਪਾਣੀ ਆਪਣੇ ਆਪ ਡਿੱਗੀ ਚੋਂ ਬਾਹਰ ਆ ਜਾਵੇ ਨਾਲੇ ਸੋਲਰ ਵੀ ਪਾਣੀ ਦੇ ਰਿਹਾ ਇਹ ਡ੍ਰਿਪ ਸਿਸਟਮ ਲੱਗਾ ਹੋਇਆ ਜੀ ਇਹਨਾਂ ਦਾ ਸੈਂਡ ਫਿਲਟਰ ਹੈਗਾ ਇਹ ਦੇਖੋ ਹਾਈਟ ਤੇ ਬਣਾਈ ਹੈ ਜ਼ਮੀਨ ਤੋਂ ਜਿਹੜੀ ਡਿੱਗੀ ਹੈ ਉਹ ਹਾਈ ਕੁਝ ਹਾਈਟ ਤੇ ਬਣੀ ਹੋਈ ਹੈ ਤਾਂ ਜੋ ਡਿੱਗੀ ਚੋਂ ਪਾਣੀ ਆਪਣੇ ਆਪ ਬਾਹਰ ਆਵੇ ਉਹ ਸੋਲਰ ਵੀ ਚੱਲ ਰਿਹਾ ਆਪਣਾ ਅਨ ਦੇਖੋ ਫਿਟਿੰਗ ਵਾਇਰਾ ਸਟਰਕਚਰ ਦੇਖੋ ਕਿੰਨਾ ਸੋਹਣਾ ਸਟਰਕਚਰ ਦਿੱਤਾ ਹੋਇਆ ਇਹਨਾਂ ਨੇ ਜੀ ਇਹ ਵੀ ਰੋਟੋ ਰੋਟੋਸੋਲ ਦਾ ਹੀ ਕੰਟਰੋਲਰ ਲੱਗਾ ਹੋਇਆ ਇਹਦੇ ਵਿੱਚ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਸ਼ੇਅਰ ਵੀ ਕਰੋ ਜੀ ਜੇ ਕਿਸੇ ਨੂੰ ਲੋਡ ਹੋਵੇ ਕਿਸੇ ਨੂੰ ਸੋਲਰ ਜਾਂ ਡ੍ਰਿਪ ਲਵਾਉਣਾ ਹੋਵੇ ਤਾਂ ਇਸ ਥੱਲੇ ਨੰਬਰ ਮੈਂ ਮੈਂਸ਼ਨ ਕਰਦਾਂ ਨਾ ਉੱਤੇ ਕਾਲ ਕਰ ਲਓ ਜੀ ਜੇ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ ਜੀ ਧੰਨਵਾਦ